2 ਦਿਨ ਪਹਿਲਾਂ ਬਟਾਲਾ ਵਿੱਚ 5 ਸਾਲ ਦਾ ਬੱਚਾ ਗਾਇਬ ਹੋ ਗਿਆ ਸੀ, ਜਿਸ ਨੂੰ ਲੱਭਣ ਲਈ ਪੁਲਿਸ ਨੇ ਤਫਤੀਸ਼ ਸ਼ੁਰੂ ਕਰ ਦਿੱਤੀ ਸੀ। ਪੁਲਿਸ ਤਫਤੀਸ਼ 'ਚ ਪੁਲਿਸ ਨੇ ਖੁਲਾਸਾ ਕੀਤਾ ਕਿ ਉਸਦੇ ਗਵਾਂਢੀ ਨੌਜਵਾਨ ਨੇ ਹੀ ਆਪਣੇ ਕੁਝ ਸਾਥੀਆਂ ਸਮੇਤ ਮਿਲ ਕੇ ਬੱਚੇ ਨੂੰ ਅਗਵਾ ਕੀਤਾ ਸੀ। ਪੁਲਿਸ ਨੇ 7 ਲੋਕਾਂ ਖਿਲਾਫ ਧਾਰਾ 302, 365, 201 IPC ਤਹਿਤ ਮੁਕੱਦਮਾ ਦਰਜ ਕਰ ਲਿਆ। ਪੁਲਿਸ ਵੱਲੋਂ 7 ਅਗਵਾਕਾਰਾਂ ਵਿੱਚੋਂ 2 ਨੂੰ ਫੜਨ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ। ਪੁਲਿਸ ਤਫਤੀਸ਼ 'ਚ ਉਕਤ ਦੋਸ਼ੀਆਂ ਨੇ ਮੰਨਿਆ ਕਿ ਆਪਸੀ ਰੰਜਿਸ਼ ਦੇ ਚੱਲਦੇ ਉਹਨਾਂ ਬੱਚੇ ਨੂੰ ਅਗਵਾ ਕੀਤਾ ਸੀ ਤੇ ਉਸੇ ਰਾਤ ਉਸ ਨੂੰ ਗੁਰਦਾਸਪੁਰ ਨਜ਼ਦੀਕ ਧਾਰੀਵਾਲ ਨਹਿਰ 'ਚ ਸੁੱਟ ਦਿੱਤਾ ਸੀ। ਪੁਲਿਸ ਵੱਲੋਂ ਬੱਚੇ ਦੀ ਲਾਸ਼ ਨਹਿਰ ਵਿੱਚੋਂ ਲੱਭਣ ਲਈ ਗੋਤਾਖੋਰਾਂ ਦੀ ਮਦਦ ਲਈ ਜਾ ਰਹੀ ਹੈ। ਕੇਸ ਕੇ ਬਾਰੇ ਮੈਂ ਆਪਕੋ ਪਤਾ ਹੀ ਹੈ, ਬੱਚੇ ਕੀ ਕਿਡਨੈਪਿੰਗ ਹੋਈ ਥੀ ਔਰ 5 ਸਾਲ ਕਾ ਬੱਚਾ ਹੈ ਔਰ ਉਨਕੇ ਪੜੋਸੀਓਂ ਪਰ ਹੀ ਸ਼ੱਕ ਹੋਈ ਥੀ ਤੋ ਪੁਲਿਸ ਨੇ ਬਹੁਤ ਹੀ ਜਲਦੀ ਸੇ ਕਾਰਵਾਈ ਕਰਤੇ ਹੋਏ ਪੜੋਸੀ ਲੋਗੋਂ ਕੋ ਪਕੜ ਲਿਆ। ਇਸ ਕੇਸ ਮੇਂ 2 ਲੋਕ ਅਭੀ ਤੱਕ ਅਰੈਸਟ ਹੋ ਗਏ ਹੈਂ, ਬਾਕੀ 4 ਔਰ 1 ਆਦਮੀ ਔਰ 5 ਆਦਮੀ ਔਰ ਇਸਮੇਂ ਨੋਮੀਨੇਟ ਹੋ ਗਏ ਹੈਂ, ਜਿਨਕੋ ਅਰੈਸਟ ਕਰਨੇ ਕੀ ਪ੍ਰਕਿਰਿਆ ਚੱਲ ਰਹੀ ਹੈ। ਜੋ ਅਰੈਸਟਡ ਲੋਕ ਹੈ ਇਨਕੇ ਅਨੁਸਾਰ ਬੱਚੇ ਕੋ ਨਹਿਰ ਮੇਂ ਮਤਲਬ ਉਨ੍ਹੋਂਨੇ ਫੇਂਕ ਦਿਆ ਹੈ ਤੋ ਉਸ ਐਂਗਲ ਸੇ ਵੀ ਕਾਰਵਾਈ ਚੱਲ ਰਹੀ ਹੈ, ਨਹਿਰ ਮੇਂ ਸੇ ਬੱਚੇ ਕੋ ਬਰਾਮਦ ਕਰਨੇ ਕਾ ਪ੍ਰਯਾਸ ਕੀਆ ਜਾ ਰਹਾ ਹੈ ਤੋ ਯੇ ਇਨਕੇ ਕਹਿਨੇ ਕੇ ਅਨੁਸਾਰ ਹੈ, ਠੀਕ ਹੈ ਕਿ ਨਹੀਂ। ਲੇਕਿਨ ਜਬ ਤੱਕ ਹਮ ਔਥੈਂਟੀਕੇਟ ਨਹੀਂ ਕਰ ਲੈਤੇ ਹੈ ਤਬ ਤੱਕ ਹਮ ਕੁਛ ਵੀ ਯੇ ਨਹੀਂ ਕਹਿ ਸਕਤੇ ਹੈ ਕਿ ਬੱਚਾ ਮਤਲਬ ਸੱਚ ਮੇਂ ਇਨ੍ਹੋਂਨੇ ਨਹਿਰ ਮੇਂ ਫੇਂਕ ਦਿਆ ਹੈ ਯਾ ਇਨ੍ਹੋਂਨੇ ਕੈਸੇ ਕੈਸੇ ਕੀਆ ਹੈ। ਲੇਕਿਨ ਮਤਲਬ ਇਨਵੈਸਟੀਗੇਸ਼ਨ ਇਸਮੇਂ ਬਹੁਤ ਹੀ ਤੇਜ਼ ਗਤੀ ਸੇ ਚੱਲ ਰਹਾ ਹੈ ਔਰ ਬਹੁਤ ਜਲਦੀ ਹਮ ਇਸਮੇਂ ਕਿਸੀ ਨਿਸ਼ਕਰਸ਼ ਪਰ ਪਹੁੰਚ ਜਾਏਂਗੇ। ਦੇਖੀਏ ਆਪਸੀ ਰੰਜਿਸ਼ ਹੈ, ਪੜੋਸੀ ਲੋਕ ਹੈ ਔਰ ਇਨਕੀ ਆਪਸੀ ਰੰਜਿਸ਼ ਥੀ ਔਰ ਇਸ ਰੰਜਿਸ਼ ਕੇ ਚਲਤੇ ਉਨ੍ਹੋਂਨੇ ਕੀਆ ਹੈ, ਅਭੀ ਤੱਕ ਕੇ ਇਨਵੈਸਟੀਗੇਸ਼ਨ ਮੇਂ ਇਹੀ ਬਾਤ ਆਈ ਹੈ। ਦੇਖੀਏ 7 ਲੋਕ ਨੋਮੀਨੇਟ ਹੋ ਗਏ ਹੈ, 2 ਲੋਕ ਅਰੈਸਟ ਹੋ ਗਏ ਹੈ, ਬਾਕੀ ਵੀ ਗ੍ਰਿਫਤਾਰ ਹੋ ਜਾਏਂਗੇ ਜਲਦੀ। ਉੱਥੇ ਦੂਜੇ ਪਾਸੇ ਜਦ ਪਰਿਵਾਰ ਤੱਕ ਦੇਰ ਸ਼ਾਮ ਨੂੰ ਬੱਚੇ ਦੇ ਕਤਲ ਦੀ ਖਬਰ ਪਹੁੰਚੀ ਤਾਂ ਲੋਕਾਂ ਦੀ ਇਕੱਠੀ ਹੋਈ ਭੀੜ ਨੇ ਥਾਣੇ ਦਾ ਘਿਰਾਓ ਕਰ ਜੰਮ ਕੇ ਹੰਗਾਮਾ ਕੀਤਾ। ਇਸ ਹੰਗਾਮੇ ਤੇ ਕਾਬੂ ਪਾਉਣ ਲਈ ਪੁਲਿਸ ਵੱਲੋਂ ਲਾਠੀਚਾਰਜ ਕਰਨਾ ਪਿਆ, ਜਿਸ ਵਿੱਚ ਕਈ ਪੁਲਿਸ ਕਰਮੀ ਵੀ ਜ਼ਖਮੀ ਹੋ ਗਏ। ਬੜੀ ਮੰਦਭਾਗੀ ਇੱਕ ਘਟਨਾ ਵਾਪਰੀ ਹੈ ਕਿ ਸ਼ਹਿਰ ਚੋਂ ਬੱਚੇ ਨੂੰ ਕਿਡਨੈਪ ਕਰਕੇ ਉਹਨੂੰ ਬੱਚੇ ਨੂੰ 5 ਸਾਲ ਦੇ ਬੱਚੇ ਨੂੰ ਬਿਲਕੁਲ ਹੀ ਜਿਸ ਤਰ੍ਹਾਂ ਜਾਹਿਲ ਔਰ ਗਵਾਰ ਲੋਕ ਵੀ ਇਹ ਸੋਚ ਨਹੀਂ ਰੱਖਦੇ, ਉਹਨਾਂ ਨੇ ਉਸ ਬੱਚੇ ਨੂੰ ਰਾਤ ਅਗਵਾ ਕਰਕੇ ਕਿਡਨੈਪ ਕਰਕੇ ਮਾਰ ਦਿੱਤਾ ਔਰ ਇਹ ਬੜੀ ਦਰਦਨਾਕ ਘਟਨਾ ਜਿਨ੍ਹਾਂ 'ਚ ਜਨਤਾ 'ਚ ਗੁੱਸਾ ਲਹਿਰ ਹੈ ਗੁੱਸੇ ਦੀ, ਉਹ ਠੀਕ ਹੈ ਗੁੱਸਾ ਉਹਨਾਂ ਦੇ ਮਨਾਂ 'ਚ ਜਾਇਜ਼ ਹੈ, ਪਰ ਮੈਂ ਬੇਨਤੀ ਕਰਾਂਗਾ ਕਿ ਜਦੋਂ ਪੁਲਿਸ ਨੇ ਸਾਰੀ ਕਾਰਵਾਈ ਦੇ ਅੰਦਰ ਉਹਨਾਂ ਦੀ ਜੋ ਸਾਡੀ ਕਾਨੂੰਨੀ ਕਾਰਵਾਈ ਬਣਦੀ ਸੀ ਉਹ ਕਾਨੂੰਨੀ ਕਾਰਵਾਈ ਨੂੰ ਪੁਲਿਸ ਨੇ 7 ਬੰਦਿਆਂ ਦੇ ਪਰਚਾ ਦਰਜ ਕਰਨ ਦਾ ਕਰ ਲਿਆ ਔਰ 7 ਬੰਦਿਆਂ ਦੇ ਪਰਚਾ ਦਰਜ ਕਰਨ ਤੋਂ ਬਾਅਦ ਜੋ ਕਾਨੂੰਨ ਦੇ ਅਨੁਸਾਰ ਧਾਰਾ ਬਣਦੀਆਂ ਨੇ ਉਹਨਾਂ ਨੇ ਲਾਉਣ ਦਾ ਆਸ਼ਵਾਸਨ ਦਿੱਤਾ। ਆਪ ਪੁਲਿਸ ਨੇ ਪੁਸ਼ਟੀ ਕਰਤੀ ਹੈ ਪਰ ਡੈੱਡ ਬਾਡੀ ਅਜੇ ਤੱਕ ਨਹੀਂ ਮਿਲੀ। ਨਹਿਰ ਦੇ ਅੰਦਰ ਜਿਹੜਾ ਉਹਨਾਂ ਸੁੱਟਿਆ ਉਹ ਨਹਿਰ ਜਿਹੜੀ ਬੰਦ ਕਰਕੇ ਉਹਦੀ ਖੋਜ ਜਿਹੜੀ ਬੱਚੇ ਦੀ ਜਾ ਰਹੀ ਹੈ। ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ, ਪਹਿਰੇਦਾਰ TV।